पंजाब के बरनाला के गुरुद्वारा मंजी साहिब में गुरु ग्रंथ साहिब जी का पाठ कर रहे ग्रंथी सिंह पर एक युवक ने हमला कर दिया। यह पूरी घटना सीसीटीवी कैमरे में कैद हो गई, जिससे मिले वीडियो फुटेज में साफ देखा जा सकता है कि कैसे युवक ने ग्रंथी पर हमला किया। हमले के दौरान ग्रंथी ने गुरुवाणी को पढ़ना जारी रखा, उन्होंने गुरुवाणी का पाठ पढ़ना नहीं रोका। आप भी वीडियो में देखें कैसे युवक ने ग्रंथी पर हमला किया। ये 6:30 बजे पाठ करता सी ग्रंथी जी, चल रहा सी पाठ, तो बंदा आया बाहरों, मत्था नहीं टेकया, कुछ नहीं करया, आके वो लिपड़ मारन लग गया। वो 12 नंबर गली च दसते ने जी भी इतों का असी भाल टोल करी आ, तो उदों किसी ने कुछ नहीं कहा संगत ने, तो बाद च बंदे थोड़े सी उदों, बाद च फिर फड़िया गया, तो फड़ के अपना उन्हें जो पाठ करते सी जने उन्होंने पाठ नहीं छड़िया हैगा, लप्पड़ता जरूर खा ले पर पाठ नहीं उन्होंने अपना लंघना होने दी। हुण तिकर जी वो फिर थाने वाले ने फड़ लिया, उदू बाद कार्रवाई करी तुरत ते, तो जे टाइम ज्यादा हो जाता फिर नहीं मिलना सी। कारण जी उस कहिंदे आ वी सधारण आ भी दिमागी लोड आ, इस करके कहिंदे भी तां उह कर गया है, नहीं तां कहिंदे भी अगे वर्कशॉप के कम करता सी वधिया सी। महीना हो गया हुण मंजे च ही पिया सी घरे, ना जी ना, होर सारा परिवार आउंदा उन्हां दा गुरद्वारे ही आउंदा, कोई इही जी गल नहीं हैगी भी उह मंनदे नहीं जां होर, ते उहदा वैसे चाचा भी इत्थे कम करदा गुरद्वारे दे साहब च ही। इह घटना जी साबों बाहर गल आ, ते इह पहली वारी साडे गुरद्वारे च इह घटना वापरी आ। ਵੀ ਬਹੁਤ ਵਧੀਆ ਸਾਡਾ ਪ੍ਰਬੰਧ ਚੱਲ ਰਿਹਾ ਸੀਗਾ ਅੱਜ ਤੱਕ। ਇਹ ਪ੍ਰਭਾਤ ਫੇਰੀਆਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦਿਹਾੜੇ ਦੀ ਖੁਸ਼ੀ 'ਚ 11 ਕਰਦੇ ਹਾਂ ਹਰ ਸਾਲ ਦੇ ਵਿੱਚ। ਇਹ ਪਹਿਲੀ ਪ੍ਰਭਾਤ ਫੇਰੀ ਅਸੀਂ ਸ਼ੁਰੂ ਕੀਤੀ ਸੀ ਕੱਲ੍ਹ, ਅਤੇ ਅਸੀਂ ਸਾਰੀਆਂ ਸੰਗਤਾਂ ਪ੍ਰਭਾਤ ਫੇਰੀ ਚਲੇ ਗਏ। ਉਸ ਤੋਂ ਬਾਅਦ ਅਸੀਂ ਡਿਊਟੀ ਰਾਮ ਸਿੰਘ ਜੀ ਸੂਬੇਦਾਰ ਜੀ ਪ੍ਰੇਮ ਨਗਰ 'ਚ ਸੇਵਾ ਕਰਦੇ ਸੀ ਨਿਤਨੇਮ ਦੀ, ਅਤੇ ਉਸ ਤੋਂ ਬਾਅਦ 6:30 ਵਜੇ ਘਟਨਾ ਇਹ ਵਾਪਰੀ ਆ। ਅਤੇ ਉਹ ਬੰਦਾ ਮੈਟਲੀ ਸਾਹਿਬ ਨੇ ਨਾ ਦੱਸਿਆ ਗਿਆ ਵੀ ਆਇਆ ਸੀਗਾ, ਉਹਨੇ ਮੱਥਾ ਵੀ ਨਹੀਂ ਟੇਕਿਆ ਅਤੇ ਨਿਤਨੇਮ ਕਰਦੇ ਅਤੇ ਗ੍ਰੰਥੀ ਸਿੰਘ 'ਤੇ ਉਹਨਾਂ ਨੇ ਹਮਲਾ ਜਣੀ ਇਹ ਵਾਰ ਕੀਤਾ ਹੈ, ਅਤੇ ਉਹਦੇ ਜਣੀ 2-3 ਚਪੇੜਾਂ ਮਾਰੀਆਂ ਆ ਕੇ, ਅਤੇ ਜਿਹੜੇ ਦੇਖਣ ਵਾਲੇ ਸੀ ਉਹਨਾਂ ਨੇ ਵੀ ਉਹ ਦੇਖਿਆ ਪਰ ਉਹਨਾਂ ਨੂੰ ਰੋਕਿਆ ਨਹੀਂ ਗਾ, ਅਤੇ ਮਾਈਆਂ ਬੀਬੀਆਂ ਨੇ ਆਖਰ ਉਹਨੂੰ ਰੋਕਿਆ ਬੰਦੇ ਨੂੰ। ਅਤੇ ਜਦੋਂ ਬਾਅਦ 'ਚ ਪਤਾ ਲੱਗਿਆ ਉਹਦਾ ਵੀ ਦੇਖਿਆ ਪੁਲਿਸ ਵਾਲੇ ਵੀ ਪ੍ਰਸ਼ਾਸਨ ਇੱਥੇ ਆਏ, ਬਾਅਦ 'ਚ ਆਪਦੀ ਕਾਰਵਾਈ ਕਰਕੇ ਗਏ, ਪ੍ਰਬੰਧ ਕਮੇਟੀ ਸਾਰੀਆਂ ਸੰਗਤਾਂ ਵੀ ਆਈਆਂ, ਬੜਾ ਦੁੱਖ ਮਨਾਇਆ। ਇਹ ਬਹੁਤ ਨਿੰਦਣਯੋਗ ਗੱਲ ਹੈ ਜੋ ਵਿਆਪਦੀ ਦੀ ਘਟਨਾ ਜਿਹੜੀ ਵਾਪਰੀ ਹੈ, ਜੈਸਾ ਗ੍ਰੰਥੀ ਸਿੰਘ 'ਤੇ ਉਹਨਾਂ ਨੇ ਹਮਲਾ ਕੀਤਾ ਗੁਰੂ ਸਾਹਿਬਾਂ 'ਤੇ ਵੀ ਇਸ ਤਰ੍ਹਾਂ, ਇਹ ਬਰਾਬਰ ਦੇ ਹੀ ਜਾਣੀ ਵਿਆਪਦੀ ਦਾ ਹੋ ਗਿਆ ਕੰਮ। ਇਹ ਪੰਥਕ ਜਿਹੜੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਰੇ ਸਿੱਖ ਸੰਗਤਾਂ ਨੂੰ ਠੇਸ ਪਹੁੰਚੀ ਹੈ, ਬਹੁਤ ਮਾੜੀ ਗੱਲ ਹੋਈ ਹੈ। ਇਹ ਘਟਨਾ ਜਿਹੜੀ ਵਾਪਰੀ ਹੈ ਬਹੁਤ ਦੁਖਦਾਈ ਦੀ ਗੱਲ ਹੈ, ਅਤੇ ਹੁਣ ਜਿਹੜੀ ਕਾਰਵਾਈ ਹੈ ਪੁਲਿਸ ਉਹਨਾਂ ਨੇ ਆਪਣੇ ਦਾਇਰੇ 'ਚ ਲੈ ਕੇ ਉਹ ਬੰਦੇ ਨੂੰ ਗ੍ਰਿਫਤਾਰ ਤਾਂ ਕਰ ਲਿਆ, ਅਰੈਸਟ ਵਿੱਚ ਵੀ ਹੈਗਾ, ਪਰ ਹੁਣ ਦੱਸਣ ਵਿੱਚ ਇਹ ਗੱਲ ਆਉਂਦੀ ਹੈ ਵੀ ਉਹ ਬੰਦਾ ਮੈਂਟਲ ਸੀ, ਕਦੇ ਵੀ ਨਹੀਂ ਆਇਆ, ਅਤੇ ਉਹਨਾਂ ਦਾ ਪਰਿਵਾਰ ਵਰ ਕੇ ਸਾਰੇ ਗੁਰੂ ਘਰ ਜੁੜਿਆ ਹੋਇਆ ਹੈ ਅਤੇ ਸੇਵਾ ਕਰਦੇ ਨੇ। ਅਤੇ ਹੁਣ ਜਿਹੜੀ ਇਹ ਗੱਲ ਹੈ ਬਹੁਤ ਮਾੜੀ ਹੋਈ ਹੈ, ਨਿੰਦਣਯੋਗ ਹੈ। ਇਹ ਸਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੰਗਤਾਂ ਨੂੰ ਠੇਸ ਪਹੁੰਚੀ ਹੈ, ਅਤੇ ਇੰਨੀ ਕੁ ਗੱਲਬਾਤ ਹੋਈ ਹੈ। ਧੰਨਵਾਦ ਹੈ ਜੀ। ਗ੍ਰੰਥ ਦੇ ਗਲਤ ਤਰਜੇ 'ਚ ਪੜ੍ਹਦਾ ਸੀ ਬਾਣੀ, ਠੀਕ ਹੈ, ਪਰ ਇਹ ਮੇਰੀ ਮੰਮੀ ਸੀ, ਇਸ ਕਰਕੇ ਬਸ ਮੈਂ ਇੱਥੋਂ ਬਰਦਾਸ਼ਤ ਨਹੀਂ ਹੋਇਆ। ਹੋਰ ਕੋਈ ਹੋਰ ਬਸ ਆਹੀ ਗੱਲ ਸੀ, ਇਹਦੇ ਮਾਮੇ ਘਰ ਮੇਰੇ ਨਾਲ ਦਿਆਂ ਆਇਆ, ਉਦੋਂ ਜਿਹੜੇ ਮਨ 'ਚ ਉਹ ਕਰ ਗਿਆ, ਕੋਈ ਗੱਲਬਾਤ ਨਹੀਂ। ਪਹਿਲਾਂ 20 ਸਾਲਾਂ ਤੈਨੂੰ ਮੈਂ ਦੇਖਦਾ ਵੀ ਇਹ ਬੰਦੇ ਨੂੰ ਬਾਬੇ ਜੀ ਨੂੰ, ਠੀਕ ਹੈ, ਪਹਿਲਾਂ ਕੋਈ ਗੱਲਬਾਤ ਨਹੀਂ ਹੈਗੀ ਜੀ, ਆਹ ਗੱਲ ਹੋਈ ਸੀ। ਤਕਰੀਬਨ ਜਦੋਂ ਗੁਰਦੁਆਰਾ ਸਿੰਘ ਗ੍ਰੰਥੀ ਰਾਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਰਨਾਲਾ ਦਾ ਰਹਿਣ ਵਾਲਾ ਸੀ, ਇਹ ਸਵੇਰੇ ਸੁਬਹਾ ਪਾਠ ਕਰ ਰਿਹਾ ਸੀ, ਬਾਕੀ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਪ੍ਰਭਾਤ ਫੇਰੀ 'ਤੇ ਗਏ ਹੋਏ ਸੀਗੇ। ਲੋਕ ਸ਼ਰਧਾਲੂ ਆਮ ਤੌਰ 'ਤੇ ਮੱਥਾ ਟੇਕ ਕੇ ਆਪਣਾ ਨਮਸਕਾਰ ਕਰਦੇ ਸੀਗੇ, ਅਤੇ ਉਸ ਟਾਈਮ ਇਸ ਬੰਦਾ ਇਹ ਆਇਆ ਜਿਹਨੇ ਟੋਪੀ ਲਈ ਹੋਈ ਸੀ, ਇਹਨੇ 3 ਥੱਪੜ
ग्रंथी साहिबान दे मारे तो पर उन्हें अपनी मर्यादा भंग ना करदा होया पाठ नू चालू रखिया तो थप्पड़ मार के गाली गलोच करता होया वह बंदा उत्थों पैदल चले गया। तो जो पाठ तो बाद उन्हें अपने प्रधान नू दस्या तो प्रधान ने अपने लगे सीसीटी कैमरे की छानबण की तो वो बंदा वाकई ही थप्पड़ मारदा सामने आया जिन्होंने सानू फोन पर भी ये तलाह दी तो असी उन्हां दा जायजा लैण वास्ते जद गए तो राम सिंह प्रधान ग्रंथी पुत्र गुरबख सिंह सेखा रोड बराला का रहने वाला सीगा जिन्हां ने पड़ताल करन तो बाद करीब दो तीन घंटे बाद साढ़े कोल बयान दर्ज करवाया जिस ते असी ये दोषी जिहड़ा उन्होंने दस्या बिंदर सिंह पुत्र मेवा सिंह गली नंबर 12 सेखा रोड बराला जो कि रहने वाला सीगा इस बंदे दे खिलाफ़ असी 517 FIR नंबर मुकदमा नंबर 517 डेटड 25/12/17 अंडर सैक्शन 295A धार्मिक भावना नूं ख्याल रखदे हुए 323/506 IPCPSCT बरनाला दर्ज करके इस दोषी नूं कल ही गिरफ़्तार कर लिया सीगा। ते अज उस नूं असी साडे SIO सुरेंद्र सिंह सुरेंद्रपाल सिंह जो ने ये तफ्तीश कर रहे हैं उन्होंने पेश करने लिए अदालत में लेके गए हैं। अगली कार्रवाई लई जो होगी उसके खिलाफ कार्रवाई की जाएगी पर इन्नी जरूर समझना है भी इस बंदे का थोड़ा जहा माइंड जिहड़ा है चेंज होया होया सीगा अजे ये गल का नहीं पता लग्या भी थप्पड़ क्यों मारिया किस कारण मारिया किसी का की हथ है कि नहीं उस गल की पूरी असीं डगाई नाल पड़ताल कर रहे हैं। JBD banquets lie hai incredible marriage palace Rajgharana and the finest banquet hall Jyoti Garden world class catering centrally air conditioned lush green lawns state of the art lighting a perfect venue for wedding launching and parties Rajgharana and Jyoti Garden by JBD banquets enterprise aise hi latest khabrein paane ke liye bell icon ko click kar hamare channel ko like share and subscribe kare। धन्यवाद।